ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਮਨਜੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਅੱਜ ਦੀ ਜਿਹੜੀ ਵੀਡੀਓ ਆ ਇਹਦੇ ਵਿੱਚ ਆਪਾਂ ਮਿਰਚਾਂ ਦਾ ਜਿਹੜਾ ਅਚਾਰ ਆ ਉਹ ਬਣਾ ਕੇ ਤਿਆਰ ਕਰਾਂਗੇ। ਮਿਰਚਾਂ ਦਾ ਅਚਾਰ ਪਾਉਣ ਦੇ ਲਈ ਆਪਾਂ 300 ਗ੍ਰਾਮ ਜਿਹੜੀਆਂ ਆ ਹਰੀਆਂ ਮਿਰਚਾਂ ਲਈਆਂ ਆ। ਮਿਰਚਾਂ ਨੂੰ ਚੰਗੇ ਤਰੀਕੇ ਦੇ ਨਾਲ ਧੋ ਕੇ ਇਹਨੂੰ ਆਪਾਂ ਸੁਕਾ ਲਿਆ ਆ। ਬਿਲਕੁਲ ਵੀ ਮਿਰਚਾਂ ਦੇ ਵਿੱਚ ਜਿਹੜਾ ਪਾਣੀ ਨਹੀਂ ਹੋਣਾ ਚਾਹੀਦਾ। ਧੋਣ ਤੋਂ ਬਾਅਦ ਤੁਸੀਂ ਉਹਨੂੰ ਜਾਲੀ ਦੇ ਵਿੱਚ ਪਾ ਕੇ ਰੱਖ ਦੇਣਾ ਆ ਤੇ ਉਸ ਤੋਂ ਬਾਅਦ ਕੱਪੜੇ ਦੇ ਨਾਲ ਚੰਗੇ ਤਰੀਕੇ ਦੇ ਨਾਲ ਜਿਹੜਾ ਮਿਰਚਾਂ ਨੂੰ ਸਾਫ਼ ਕਰ ਲੈਣਾ ਆ। ਤੇ ਸਰੋਂ ਦਾ ਤੇਲ ਲਿਆ ਆ ਆਪਾਂ 4 ਚਮਚੇ ਜਿਹੜੇ ਆ ਇਹਦੇ ਵਿੱਚ ਆਪਾਂ ਲੂਣ ਪਾਵਾਂਗੇ ਤੇ ਇਹ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਵੀ ਪਾ ਸਕਦੇ ਹੋ। 1 ਚਮਚਾ ਜਿਹੜਾ ਆ ਆਪਾਂ ਇਹਦੇ ਵਿੱਚ ਮੇਥੀ ਦਾਣੇ ਪਾਣੇ ਆ ਤੇ 2.5 ਕੁ ਚਮਚੇ ਜਿਹੜੇ ਆਪਾਂ ਇਹਦੇ ਵਿੱਚ ਕਾਲੀ ਸਰੋਂ ਪਾਈ ਆ, 2.5 ਚਮਚੇ ਜਿਹੜੇ ਆਪਾਂ ਇਹਦੇ ਵਿੱਚ ਸੌਂਫ ਲਈ ਆ, ਥੋੜੀ ਜਿਹੀ ਇਹਦੇ ਵਿੱਚ ਹਿੰਗ ਵੀ ਪਾਵਾਂਗੇ, 1 ਚਮਚਾ ਜੀਰਾ, 1 ਚਮਚਾ ਹਲਦੀ ਦਾ ਤੇ 4-5 ਚਮਚੇ ਜਿਹੜੇ ਆਪਾਂ ਇਹਦੇ ਵਿੱਚ ਚਿੱਟਾ ਜਿਹੜਾ ਸਿਰਕਾ ਆ ਉਹ ਪਾਵਾਂਗੇ। ਹੁਣ ਸਭ ਤੋਂ ਪਹਿਲਾਂ ਕੀ ਕਰਨਾ ਅਸੀਂ, ਜਿਹੜੀਆਂ ਸਾਡੀਆਂ ਮਿਰਚਾਂ ਆ ਇਹਨਾਂ ਨੂੰ ਆਪਾਂ ਕੱਟ ਕੇ ਤਿਆਰ ਕਰਨਾ ਆ। ਮਿਰਚ ਨੂੰ ਆਪਾਂ ਇਸ ਤਰੀਕੇ ਦੇ ਨਾਲ ਵਿੱਚੋਂ ਦੀ ਇਹਦਾ ਚੀਰਾ ਦੇ ਦੇਣਾ ਆ ਤੇ ਜਾਂ ਤੁਸੀਂ ਇਹਨੂੰ ਕੀ ਕਰਨਾ ਆ ਕੈਂਚੀ ਦੇ ਨਾਲ ਇੱਦਾਂ ਛੋਟਾ ਛੋਟਾ ਵੀ ਕੱਟ ਸਕਦੇ ਹੋ। ਉਹ ਤੁਸੀਂ ਆਪਣੇ ਹਿਸਾਬ ਨਾਲ ਦੇਖਣਾ ਆ ਕਿ ਛੋਟੀ ਰੱਖਣੀ ਆ ਮਿਰਚ ਜਾਂ ਥੋੜੀ ਜਿਹੀ ਵੱਡੀ ਰੱਖਣੀ ਆ, ਉਹਦੇ ਹਿਸਾਬ ਨਾਲ ਜਿੱਦਾਂ ਵੀ ਤੁਹਾਨੂੰ ਸਹੀ ਲੱਗਦਾ ਆ ਤੁਸੀਂ ਉਹਨੂੰ ਕਰ ਲੈਣਾ ਆ। ਤੇ ਮੈਂ ਇਹਨੂੰ ਇੱਦਾਂ ਚੀਰਾ ਦੇ ਕੇ ਜਿਹੜੀਆਂ ਸਾਡੀਆਂ ਸਾਰੀਆਂ ਮਿਰਚਾਂ ਆ ਉਹਨਾਂ ਨੂੰ ਆਪਾਂ ਇੱਦਾਂ ਤਿਆਰ ਕਰ ਲੈਣਾ ਆ। ਵਿੱਚ ਦੀ ਇਹਨੂੰ ਚੀਰਾ ਦੇਣਾ ਆ ਆਪਾਂ। ਮਿਰਚਾਂ ਜਿਹੜੀਆਂ ਆ ਸਾਡੀਆਂ ਆਪਾਂ ਇਸ ਤਰੀਕੇ ਦੇ ਨਾਲ ਲੰਬਾਈ ਦੇ ਵਿੱਚ ਸਾਰੀਆਂ ਜਿਹੜੀਆਂ ਕੱਟ ਕੇ ਤਿਆਰ ਕਰ ਲਈਆਂ ਆ। ਥੋੜੀਆਂ ਜਿਹੜੀਆਂ ਮਿਰਚਾਂ ਆ ਮੈਂ ਇਸ ਤਰੀਕੇ ਨਾਲ ਕੱਟਣ ਲੱਗੀ ਆ ਕਿਉਂਕਿ ਕਈ ਵਾਰੀ ਕੀ ਹੁੰਦਾ ਆ ਕਿ ਪੂਰੀ ਮਿਰਚ ਨਹੀਂ ਖਾਣੀ ਹੁੰਦੀ, ਥੋੜੀ ਘੱਟ ਮਿਰਚ ਖਾਣੀ ਹੁੰਦੀ ਆ, ਫਿਰ ਆਪਾਂ ਉਹ ਇਹ ਛੋਟਾ ਪੀਸ ਜਿਹੜਾ ਆ ਲੈ ਸਕਦੇ ਆ। ਮਿਰਚਾਂ ਜਿਹੜੀਆਂ ਸਾਡੀਆਂ ਕੱਟ ਕੇ ਤਿਆਰ ਨੇ। ਹੁਣ ਆਪਾਂ ਕੀ ਕਰਨਾ ਆ ਜਿਹੜੇ ਸਾਡੀ ਮੇਥੀ ਤੇ ਜਿਹੜੇ ਆਪਣੀਆਂ ਸਰੋਂ ਆ ਇਹਨਾਂ ਨੂੰ ਆਪਾਂ ਥੋੜਾ ਜਿਹਾ ਹਲਕਾ ਜਿਹਾ ਪਹਿਲਾਂ ਭੁੰਨ ਲੈਣਾ ਆ, ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਥੋੜਾ ਦਰਦਰਾ ਜਿਹਾ ਘੁੱਟ ਲਵਾਂਗੇ। ਕੜਾਈ ਚ ਜਿਹੜੀ ਆਪਾਂ ਸਰੋਂ ਪਾਵਾਂਗੇ ਬਹੁਤ ਜ਼ਿਆਦਾ ਨੀ ਆਪਾਂ ਭੁੰਨਣਾ, ਇਹਨਾਂ ਨੂੰ ਸਿਰਫ ਹਲਕਾ ਜਿਹਾ ਭੁੰਨਣਾ ਆ ਅੱਧੇ ਕੁ ਮਿੰਟ ਵਾਸਤੇ। ਜਿਹੜਾ ਸਾਡਾ ਜੀਰਾ ਆ ਉਹ ਵੀ ਆਪਾਂ ਨਾਲ ਹੀ ਪਾ ਦੇਣਾ। ਸਾਰੇ ਮਸਾਲੇ ਜਿਹੜੇ ਆਪਣੇ ਭੁੰਨੇ ਗਏ ਆ, ਜਿਹੜੀ ਸਾਡੀ ਹਿੰਗ ਆ ਉਹ ਵੀ ਆਪਾਂ ਮਾੜੀ ਜਿਹੀ ਭੁੰਨ ਲੈਣੀ ਆ ਤੇ ਗੈਸ ਜਿਹੜੀ ਆਪਾਂ ਬੰਦ ਕਰ ਦੇਣੀ ਆ, ਇਹਨੂੰ ਆਪਾਂ ਬਸ ਐਸੇ ਹੀ ਭੁੰਨਣਾ ਆ। ਮਸਾਲੇ ਜਿਹੜੇ ਆ ਆਪਾਂ ਕੁੰਡੀ ਦੇ ਵਿੱਚ ਪਾ ਕੇ ਥੋੜੇ ਆਪਾਂ ਮੋਟੇ ਮੋਟੇ ਕੁੱਟ ਲੈਣੇ ਆ ਤੇ ਜਿਹੜੀ ਸਾਡੀ ਸੌਂਫ ਆ ਉਹ ਵੀ ਆਪਾਂ ਨਾਲ ਹੀ ਪਾ ਲੈਣੀ ਆ। ਮਸਾਲੇ ਜਿਹੜੇ ਸਾਡੇ ਕੁੱਟ ਕੇ ਤਿਆਰ ਨੇ, ਇਸ ਤੋਂ ਜ਼ਿਆਦਾ ਨਹੀਂ ਆਪਾਂ ਇਹਨਾਂ ਨੂੰ ਕੁੱਟਣਾ, ਬਸ ਥੋੜਾ ਦਰਦਰਾ ਜਿਹਾ ਹੀ ਆਪਾਂ ਕੁੱਟਣਾ ਸੀ। ਆਪਾਂ ਹੁਣ ਇੱਦਾਂ ਇੱਕ ਵੱਡਾ ਖੁੱਲਾ ਭਾਂਡਾ ਲੈ ਲੈਣਾ ਆ, ਜਿਹੜੇ ਸਾਡੇ ਮਸਾਲੇ ਆ ਉਹ ਆਪਾਂ ਇਹਦੇ ਵਿੱਚ ਪਾ ਲੈਣੇ ਆ। ਲੂਣ ਵੀ ਪਾ ਦਾਂਗੇ, ਹਲਦੀ, ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲੈਣਾ ਆ। ਮਿਲਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਉਣਾ ਆ ਸਰੋਂ ਦਾ ਤੇਲ। ਅੱਧੀ ਕੌਲੀ ਜਿਹੜੀ ਆਪਾਂ ਸਰੋਂ ਦੀ ਤੇਲ ਦੀ ਪਹਿਲਾਂ ਪਾਣੀ ਆ। ਮਸਾਲਾ ਜਿਹੜਾ ਆ ਆਪਾਂ ਚੰਗੀ ਤਰ੍ਹਾਂ ਮਿਲਾ ਦੇਣਾ ਇਸ ਤੇਲ ਦੇ ਵਿੱਚ। ਥੋੜਾ ਤੇਲ ਹੋਰ ਪਾ ਦਾਂਗੇ।
ਇੱਥੇ ਇੱਕ ਚੀਜ਼ ਮੈਂ ਹੋਰ ਦੱਸਣੀ ਆ ਕਿ ਜਿੱਦਾਂ ਮੈਂ ਸਰੋਂ ਦਾ ਤੇਲ ਜਿਹੜਾ ਆ ਗਰਮ ਕਰਕੇ ਨਹੀਂ ਪਾਇਆ, ਕਿ ਕਈ ਵਾਰੀ ਕੀ ਹੁੰਦਾ ਆ ਕਈਆਂ ਨੂੰ ਤਾਂ ਜਿਹੜਾ ਇਹਦਾ ਜਿਹੜਾ ਕੜਵਾਪਨ ਹੁੰਦਾ ਇਹਦੇ ਚ ਕੁੜੱਤਣ ਹੁੰਦੀ ਆ ਤੇਲ ਦੀ, ਵਧੀਆ ਨਹੀਂ ਲੱਗਦੀ। ਜੇ ਤੁਹਾਨੂੰ ਵਧੀਆ ਨਹੀਂ ਲੱਗਦੀ ਤਾਂ ਤੁਸੀਂ ਤੇਲ ਨੂੰ ਕੀ ਕਰਨਾ ਆ, ਥੋੜਾ ਜਿਹਾ ਤੁਸੀਂ ਗਰਮ ਕਰ ਲੈਣਾ ਆ ਤੇ ਗਰਮ ਕਰਕੇ ਠੰਡਾ ਕਰਕੇ ਫਿਰ ਤੁਸੀਂ ਉਹਨੂੰ ਅਚਾਰ ਦੇ ਵਿੱਚ ਪਾ ਸਕਦੇ ਹੋ। ਜੇ ਤੁਹਾਨੂੰ ਕੁੜੱਤਣ ਵਾਲਾ ਜਿਹੜਾ ਆਪਣਾ ਤੇਲ ਸਹੀ ਲੱਗਦਾ ਆ ਫਿਰ ਤੁਸੀਂ ਇਹਨੂੰ ਬਿਨਾਂ ਗਰਮ ਕੀਤੇ ਹੀ ਪਾਓ। ਮੈਂ ਇਹਨੂੰ ਬਿਨਾਂ ਗਰਮ ਕੀਤੇ ਹੀ ਪਾਇਆ ਆ ਤੇ ਹੁਣ ਜਿਹੜੀਆਂ ਸਾਡੀਆਂ ਮਿਰਚਾਂ ਆ ਉਹ ਆਪਾਂ ਇਹਦੇ ਵਿੱਚ ਪਾ ਦੇਣੀਆਂ ਆ ਮਸਾਲੇ ਚ। ਮਸਾਲੇ ਚ ਪਾ ਕੇ ਮਿਰਚਾਂ ਨੂੰ ਆਪਾਂ ਚੰਗੀ ਤਰ੍ਹਾਂ ਹਿਲਾਉਣਾ ਆ ਤੇ ਜਿਹੜਾ ਆਪਣਾ ਸਿਰਕਾ ਆ ਉਹ ਵੀ ਆਪਾਂ ਪਾ ਦੇਣਾ ਆ ਤੇ ਜੇ ਸਿਰਕੇ ਦੀ ਜਗ੍ਹਾ ਦੇ ਉੱਤੇ ਤੁਸੀਂ ਨਿੰਬੂ ਆ ਜਿਹੜੇ ਉਹ ਵੀ ਪਾ ਸਕਦੇ ਹੋ। ਦੋ ਵੱਡੇ ਨਿੰਬੂ ਲੈ ਲੈਣੇ ਆ ਤੇ ਉਹਨਾਂ ਨੂੰ ਤੁਸੀਂ ਨਿਚੋੜ ਕੇ ਵਿੱਚ ਪਾ ਲੈਣਾ ਆ। ਅਚਾਰ ਜਿਹੜਾ ਆ ਸਾਡਾ ਮਸਾਲੇ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਮਿਲ ਗਿਆ ਆ। ਹੁਣ ਆਪਾਂ ਇਹਨੂੰ ਇੱਕ ਡੱਬੇ ਦੇ ਵਿੱਚ ਪਾ ਲੈਣਾ ਆ। ਡੱਬੇ ਦੇ ਵਿੱਚ ਪਾ ਕੇ ਤੁਸੀਂ ਇਸੇ ਟਾਈਮ ਵੀ ਅਚਾਰ ਨੂੰ ਖਾ ਸਕਦੇ ਹੋ, ਬਣ ਕੇ ਇਹ ਤਿਆਰ ਆ। ਪਰ ਇਹਨੂੰ ਤੁਸੀਂ 2-3 ਦਿਨ ਤੱਕ ਧੁੱਪ ਦੇ ਵਿੱਚ ਰੱਖਣਾ ਆ ਤੇ ਇਹਨੂੰ ਹਿਲਾਉਂਦੇ ਰਹਿਣਾ ਆ। ਜਦੋਂ ਇਹ ਪੂਰੀ ਤਰ੍ਹਾਂ ਬਣ ਜਾਵੇ ਫਿਰ ਤੁਸੀਂ ਇਹਨੂੰ ਖਾ ਸਕਦੇ ਹੋ। ਜੇ ਮਿਰਚਾਂ ਖਾਣ ਦੇ ਜ਼ਿਆਦਾ ਸ਼ੌਕੀਨ ਹੈਗੇ ਹੋ ਤਾਂ ਇਸੇ ਟਾਈਮ ਵੀ ਇਹ ਬਣ ਕੇ ਇਸੇ ਤਰੀਕੇ ਦੇ ਨਾਲ ਵੀ ਆਪਾਂ ਇਹਨੂੰ ਖਾ ਸਕਦੇ ਹਾਂ। ਇਸੇ ਤਰੀਕੇ ਨਾਲ ਬਣਾਇਓ ਤੇ ਖਾਇਓ। ਜੇ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਸ਼ੇਅਰ ਕਰਿਆ ਕਰੋ ਹਰ ਇੱਕ ਵੀਡੀਓ ਨੂੰ ਫੈਮਿਲੀ ਔਰ ਫਰੈਂਡਸ ਦੇ ਨਾਲ। ਚੈਨਲ ਨਾਲ ਜੁੜੋ, ਚੈਨਲ ਨੂੰ ਸਪੋਰਟ ਕਰੋ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।